चर्चा हो सकती है पंजाब की हिस्ट्री कि नो कॉन्फिडेंस मोशन आया ना हो कॉन्फिडेंस मोशन लेके आता हो पहली हरी हो इस तो पहला कदे नहीं ਹੁਣ ਬੀਜੇਪੀ ਵਾਲਿਆਂ ਨੇ ਫੜ ਲਿਆ ਉਹ ਬਾਬੇ ਨੂੰ ਫੁੱਲ ਦੇਈ ਜਾਂਦਾ ਕੱਲ ਅਸ਼ਵਨੀ ਕੁਮਾਰ ਭੋਗ ਪੈ ਗਿਆ ਮੁਕੰਮਲ ਤੌਰ ਤੇ ਕਹਿੰਦੇ ਜਾਖੜ ਸਾਹਿਬ ਨੇ ਕਿਹਾ ਕਿ ਕਾਂਗਰਸ ਦਾ ਭੋਗ ਕਿੰਨੇ ਵੱਡੇ ਲੋਕ ਨੇ ਪਿਤਾ ਪੁਰਖੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡਾ ਪਾਰਟੀਆਂ ਤੇ ਹੱਕ ਹੈ ਸਾਡਾ ਜਿਹੜਾ ਅਸੀਂ ਜੇ ਸਿਆਸੀ ਲੋਕ ਹੈ ਜਿਸ ਪਾਰਟੀ ਨਾਲ ਹੈ ਉਹ ਜਿਉਂਦੀ ਰਹਿੰਦੀ ਹੈ ਦੂਜੇ ਦਾ ਭੋਗ ਪੈ ਭੋਗ ਐਕਚੁਅਲੀ ਇਹਨਾਂ ਦਾ ਪੈ ਲੋਕ ਹੁਣ ਇਹਨਾਂ ਤੋਂ ਪਿਤਾ ਪੁਰਖੀਆਂ ਤੋਂ ਤੰਗ ਆ ਕੋਈ ਆਪਰੇਸ਼ਨ ਲੋਟਸ ਨਹੀਂ ਹੈ ਆਪਰੇਸ਼ਨ ਕੇਜਰੀਵਾਲ ਔਰ ਇਹ ਨੋਟੰਕੀ 2015 ਤੋਂ ਇਹਨਾਂ ਦੇ ਦੁਆਰਾ ਚੱਲਦੀ ਹੈ ਇਹ ਇਹਦੀ ਨਿਸ਼ਪਕਸ਼ ਜਾਂਚ ਕਰਾਉਣ ਦੀ ਹਿੰਮਤ ਰੱਖਣ ਕਹਿਣ ਆਪਣਾ ਹਾਈ ਕੋਰਟ ਦੇ ਜੱਜ ਕੇਂਦਰੀ ਏਜੰਸੀ ਤੋਂ ਕਰਵਾ ਜੱਜ ਕਰਾਉਣਾ ਮੈਂ ਕਹਿੰਦਾ ਜੀ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਵਾ ਲੈਣ ਇਹਨਾਂ ਦੇ ਲੋਕਾਂ ਨੇ ਆਪੇ ਵੜ ਜਾਣਾ ਨਾਲੇ ਹੁਣ ਇੱਕ ਪਾਸੇ ਕਹਿੰਦੇ ਨੇ ਇਨਵੈਸਟੀਗੇਸ਼ਨ ਦਾ ਮਾਮਲਾ ਜੀ ਸਬੂਤ ਕੋਈ ਦਿੰਦੇ ਨਹੀਂ ਮੇਰਾ ਇਨਵੈਸਟੀਗੇਸ਼ਨ ਅਗਰ ਹੋ ਰਹੀ ਹੈ ਤੇ ਫਿਰ ਸਦਨ ਦਾ ਦੁਰਉਪਯੋਗ ਕਿਉਂ ਕਰਨ ਦੇਾਂਗੇ ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਜਿਸ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਵਿਰੋਧੀ ਧਿਰਾਂ ਦੇ ਵੱਲੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਚੌਂਕ ਕੇ ਨਾਅਰੇਬਾਜ਼ੀ ਕੀਤੀ ਗਈ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਅੱਜ ਸਦਨ ਦੇ ਵਿੱਚ ਭਰੋਸਗੀ ਦਾ ਮਤਾ ਲਿਆਂਦਾ ਜਾਵੇਗਾ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧੀ ਧਿਰਾਂ ਨੇ ਆਪ ਦੀ ਇਸ ਪੇਸ਼ਕਦਮੀ ਨੂੰ ਪ੍ਰੋਪੋਗੰਡਾ ਤੇ ਡਰਾਮਾ ਕਰਾਰ ਦਿੰਦਿਆਂ ਸੂਬੇ ਦੇ ਲੋਕਾਂ ਦੇ ਬੋਝ ਕਰਾਰ ਦਿੱਤਾ ਕਿ ਸਾਡੇ ਐਮ ਐਲ ਏ ਖਰੀਦੇ ਜਾ ਰਹੇ ਆ ਉਹ ਅਸੀਂ ਪੁੱਛਾਂਗੇ ਕਿਹੜੇ ਲੋਕ ਖਰੀਦਣ ਵਾਲੇ ਆ ਔਰ ਜੇਕਰ ਇਹ ਦੱਸਦੇ ਆ ਤਾਂ ਉਹ ਜਿਹੜੇ ਲੋਕ ਜਿਹੜੇ ਖਰੀਦਣਾ ਚਾਹੁੰਦੇ ਆ ਉਹਨਾਂ ਦੀ ਆਈਡੈਂਟੀ ਔਰ ਉਹਨਾਂ ਦੇ ਐਕਸ਼ਨ ਕੀ ਹੁੰਦਾ ਇਹਦੀ ਅਸੀਂ ਗੱਲ ਇਹ ਵੀ ਪਤਾ ਲੱਗਾ ਕਿ ਇਜਲਾਸ ਦੌਰਾਨ ਸਰਕਾਰ ਵੱਲੋਂ ਜੀ ਐਸ ਟੀ ਬਿਜਲੀ ਤੇ ਝੋਨੇ ਦੀ ਪਰਾਲੀ ਆਦਿ ਮੁੱਦਿਆਂ ਤੇ ਚਰਚਾ ਕਰਨ ਬਾਰੇ ਅਧਿਕਾਰਤ ਤਜਵੀਜ਼ ਤਿਆਰ ਕੀਤੀ ਗਈ ਹੈ ਇਸ ਨਾਲ ਹੀ ਆਮ ਆਦਮੀ ਪਾਰਟੀ ਆਪਰੇਸ਼ਨ ਲੋਟਸ ਦੇ ਵਿਰੋਧ ਵਿੱਚ ਬੀਜੇਪੀ ਨੂੰ ਨਿਸ਼ਾਨਾ ਬਣਾ ਸਕਦੀ ਹੈ ਜਿਸ ਨੂੰ ਲੈ ਕੇ ਬੀਜੇਪੀ ਨੇ ਵੀ ਆਮ ਆਦਮੀ ਪਾਰਟੀ ਤੇ ਤਾਂ ਚੁੱਕਾ ਸੀ ਨੇ ਤਰੀਕੇ ਦਾ ਇਹਨਾਂ ਦਾ ਪੁਰਾਣਾ ਰਿਕਾਰਡ ਰਿਹਾ ਮੈਨੂੰ ਲੱਗਦਾ ਕਿ ਪੰਜਾਬ ਨਾਲ ਪੰਜਾਬੀਆਂ ਨਾਲ ਜੁੜੇ ਅਨੇਕ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਇਸ ਪਵਿੱਤਰ ਸਦਨ ਦੇ ਅੰਦਰ ਸਵਸਥ ਚਰਚਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪਰ ਇਹਨਾਂ ਤੋਂ ਉਮੀਦ ਕੋਈ ਨਹੀਂ ਹੈ ਅੱਜ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਕਿਸਾਨਾਂ ਦੀ ਫਸਲ ਦਾ ਬੁਰਾ ਹਾਲ ਹੋਇਆ ਬਾਰਿਸ਼ ਦੇ ਕਾਰਨ ਉਹਦੇ 'ਤੇ ਚਰਚਾ ਹੋਣੀ ਚਾਹੀਦੀ ਹੈ ਮਹਿਲਾਵਾਂ ਦੇ ਨਾਲ ਕਿ ਔਰ ਜਨਤਾ ਦੇ ਨਾਲ ਜਿਹੜੀ ਇਹਨਾਂ ਨੇ ਕਮਿਟਮੈਂਟ ਕੀਤੀਆਂ ਸੀ ਉਹਦੇ 'ਤੇ ਚਰਚਾ ਹੋਣੀ ਚਾਹੀਦੀ ਹੈ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਅਰਾਜਕਤਾ ਦਾ ਵਾਤਾਵਰਣ ਹੈ ਉਹਦੇ 'ਤੇ ਚਰਚਾ ਹੋਣੀ ਚਾਹੀਦੀ ਹੈ ਪੰਜਾਬੀਆਂ ਦੇ ਜੁੜੇ ਹੋਏ ਮੁੱਦੇ ਸਿੱਖਿਆ ਦੇ ਉੱਤੇ ਚਰਚਾ ਕਰ ਲੈਣ ਹੈਲਥ ਦੇ ਉੱਤੇ ਚਰਚਾ ਕਰ ਲੈਣ ਔਰ ਇਹਦੇ ਨਾਲ ਨਾਲ ਇਹ ਬਰਗਾੜੀ ਕਾਂਡ ਦੇ ਉੱਤੇ ਚਰਚਾ ਕਰਨ ਪੰਜਾਬੀਆਂ ਦੇ ਨਾਲ ਜੁੜੇ ਹੋਏ ਮੁੱਦਿਆਂ 'ਤੇ ਚਰਚਾ ਕਰਨਗੇ ਅਤੇ ਸਦਨ ਜਿਹੜਾ ਸਾਰਥਕ ਹੋਏਗਾ ਪਰ ਇਹਨਾਂ ਤੋਂ ਕੋਈ ਉਮੀਦ ਨਹੀਂ ਪਰ ਜੇ ਬਾਕੀ ਮੁੱਦਿਆਂ ਤੇ ਚਰਚਾ ਤੋਂ ਬਾਅਦ ਅਗਰ ਉਹੀ ਚਰਚਾ ਜਿਹੜੀ ਚਰਚਾ ਚੱਲ ਰਹੀ ਆ ਉਹ ਕੀਤੀ ਗਈ ਤਾਂ ਮੈਂ ਤੁਹਾਨੂੰ ਦੱਸਦਾ ਮੈਂ ਕੱਲ ਇੱਕ ਡਿਮਾਂਡ ਕੀਤੀ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ 28 ਤਰੀਕ ਨੂੰ ਜਨਮ ਦਿਹਾੜਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਦਾਅਵੇ ਤੇ ਸਾਰੇ ਕਰਦੇ ਸੀ ਕਿ ਸਾਡੀ ਵੀ ਮੰਗ ਹੈ ਸਾਡੀ ਵੀ ਮੰਗ ਸੀ ਉਹਨਾਂ ਨੇ ਚੰਡੀਗੜ੍ਹ 에ਅਰਪੋਰਟ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਂ ਦੇ ਉੱਤੇ ਰੱਖਿਆ ਇਹ ਲੈਟਰ ਮੈਂ ਸਪੀਕਰ ਸਾਹਿਬ ਨੂੰ ਪਾਇਆ ਕਿ ਇੱਕ ਅੱਛੀ ਪਰੰਪਰਾ ਸ਼ੁਰੂ ਕਰੋ ਨਾ ਧੰਨਵਾਦ ਵੀ ਕਰ ਦਿਓ ਨਾ ਕਿ ਜੇ ਉਹਨਾਂ ਨੇ ਕਰਤਾ ਤੇ ਔਰ ਉਹਦਾ ਨਤੀਜਾ ਕੀ ਹੋਇਆ ਬਿਜ਼ਨਸ ਐਡਵਾਈਜ਼ਰੀ ਕਮੇਟੀ 'ਚੋਂ ਬੀਜੇਪੀ ਦੇ ਨੁਮਾਇੰਦੇ ਦੇ ਨਾਤੇ ਸਾਨੂੰ ਬੁਲਾਇਆ ਨਹੀਂ ਬੀਐਸਪੀ ਦਾ ਇੱਕ ਹੈ ਉਹਨੂੰ ਉਹਦੇ 'ਚ ਪਾ ਲਿਆ ਇਹਦੇ ਤੋਂ ਹੀ ਪਤਾ ਲੱਗਦਾ ਸਾਨੂੰ ਨਹੀਂ ਬੁਲਾਇਆ ਇਹਦੇ ਤੋਂ ਹੀ ਪਤਾ ਲੱਗਦਾ ਕਿ ਇਹਨਾਂ ਦੀ ਨੀਅਤ ਕੀ ਹੈ ਔਰ ਇਹ ਕਿਸ ਪ੍ਰਕਾਰ ਜਿਹੜਾ ਸਦਨ ਅੱਜ ਚੱਲ ਸ਼ਰਮਾ ਜੀ ਅਗਰ ਲੋਟਸ ਦੀ ਚਰਚਾ ਹੋਈ ਅਗਰ ਲੋਟਸ ਵਾਲਾ ਮਤਾ ਆ ਗਿਆ ਅਗਰ ਇਹ ਕਿ ਮੇਰੀ ਗੱਲ ਸੁਣੋ ਸਾਰੀ ਦੁਨੀਆ ਨੂੰ ਪਤਾ ਹੁਣ ਇਹਨਾਂ ਦਾ ਪੂਰੀ ਤਰ੍ਹਾਂ ਨਾਲ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਕੋਈ ਆਪਰੇਸ਼ਨ ਲੋਟਸ ਨਹੀਂ ਹੈ ਆਪਰੇਸ਼ਨ ਕੇਜਰੀਵਾਲ ਹੈ ਔਰ ਇਹ ਨੋਟੰਕੀ 2015 ਤੋਂ ਇਹਨਾਂ ਦੇ ਦੁਆਰਾ ਚੱਲਦੀ ਹੈ
निष्पक्ष जांच कराने की हिम्मत रखन कहन अपना हाई कोर्ट दे जज मैं कहना जी हाई कोर्ट दे सिटिंग जज को करवा लैन इन्हां दे लोकां ने आपे फड़ जाना इस करके दौड़दे ने नाले हुण जे एक पासे कहंदे ने इन्वेस्टिगेशन का मामला जी सबूत कोई दिंदे नहीं फिर इन्वेस्टिगेशन अगर हो रही है दूजे पासे विरोधी धिर दे नेता प्रताप सिंह बाजवा अते राजा वड़िंग दे वल्लों भी आम आदमी पार्टी नूं सरकार ते रहा उत्थे ही बीजेपी ते भी निशाने साधे। देखो मैनू लगता है बिजली पराली जीएसटी दी आड़ दे विच ओ जिहड़ा ऑपरेशन लोटस पंजाब दे लोगां नूं बेवकूफ बनाउण दा जिहड़ा काम ते ओ जिहड़ी स्क्रिप्ट केजरीवाल साहब वल्लों रची गई ਉਹਨੂੰ ਕਿਵੇਂ ਨਾ ਕਿਵੇਂ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਖਾਉਣ ਦੀ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਔਰ ਉਹਦੇ 'ਚ ਕਾਮਯਾਬ ਵੀ ਹੋਏ ਇਹ ਚਾਹੁੰਦੇ ਸੀ ਇਹ 6-7 ਦਿਨ ਮੁੱਦਾ ਪੰਜਾਬ ਦੇ ਟੀ ਵੀ ਚੈਨਲਾਂ 'ਤੇ ਚੱਲੇ ਦੇਸ਼ ਅਖਬਾਰਾਂ ਦੀ ਖਬਰ ਬਣੇ ਉਹ ਬਣਿਆ ਹਾਲਾਂਕਿ ਇਹਨਾਂ ਨੂੰ ਕਿਸੇ ਨੇ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਦੇ ਤਾਂ ਆਪਦੇ ਵਿਧਾਇਕ ਮੈਂ ਉਸ ਦਿਨ ਵੀ ਕਿਹਾ ਸੀ ਭੱਜਣ ਨੂੰ ਫਿਰਦੇ ਆ ਇਹਨਾਂ ਨੂੰ ਕੋਈ ਖਰੀਦ ਨਹੀਂ ਰਿਹਾ ਅੱਜ ਹੋ ਸਕਦਾ ਬੀਜੇਪੀ ਇਹੋ ਜਿਹੀ ਪ੍ਰੈਕਟਿਸ ਕਰਦੀ ਰਹਿੰਦੀ ਹੈ ਉਹ ਮਾਹਿਰ ਹੈ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਇਹੋ ਜਿਹਾ ਕੰਮ ਨਹੀਂ ਕਰਦੀ ਲੇਕਿਨ ਹਜੇ ਤੱਕ ਕਿਸੇ ਨੇ ਵੀ ਇਹੋ ਜਿਹੀ ਕੋਸ਼ਿਸ਼ ਨਹੀਂ ਹੋਈ ਅਗਰ ਹੋਈ ਹੈ ਤਾਂ ਅਸੀਂ ਵਾਰ ਵਾਰ ਇੱਕ ਹੀ ਗੱਲ ਕਰ ਰਹੇ ਹਾਂ FIR 'ਚ ਕਿਸੇ ਦਾ ਨਾਂ ਨਹੀਂ ਹੈ ਚੀਮਾ ਸਾਹਿਬ ਨੂੰ ਪਤਾ ਹੈ ਕਿ ਕਿੰਨੇ 100 ਕਰੋੜ ਰੁਪਇਆ ਪੰਜਾਬ 'ਚ ਪਿਆ ਉਹਨੂੰ ਫੜਦਾ ਨਹੀਂ ਹੈ ਵਿਜੀਲੈਂਸ ਇਹਨਾਂ ਕੋਲ ਹੈ ਪੰਜਾਬ ਪੁਲਿਸ ਇਹਨਾਂ ਕੋਲ ਹੈ FIR 'ਤੇ ਬੇਨਾਮੀ FIR ਦਰਜ ਕੀਤੀ ਗਈ ਇਹ ਕੇਵਲ ਅਤੇ ਕੇਵਲ ਡਰਾਮਾ ਰਚਿਆ ਗਿਆ ਔਰ ਮੈਨੂੰ ਲੱਗਦਾ ਹੈ ਕਿ ਪਹਿਲਾਂ ਵੀ ਕਰੋੜਾਂ ਰੁਪਏ ਦਾ ਬੋਝ ਪੰਜਾਬ ਦੇ ਸਿਰ 'ਤੇ ਹੈ ਕਹਿੰਦੀ ਸੀ ਆਮ ਆਦਮੀ ਪਾਰਟੀ ਕਿ ਰੇਤੇ 'ਚੋਂ ਸਾਨੂੰ 20,000 ਕਰੋੜ ਆਏਗਾ ਅੱਜ 6 ਮਹੀਨੇ ਹੋ ਗਿਆ 10,000 ਕਰੋੜ ਤਾਂ ਆ ਜਾਣਾ ਚਾਹੀਦਾ ਜਦਕਿ 10,000 ਕਰੋੜ ਤੋਂ ਵੱਧ ਦਾ ਕਰਜ਼ਾ ਲੈ ਚੁੱਕੇ ਹੈ ਮੁੱਦਿਆਂ ਤੋਂ ਡਾਈਵਰਟ ਕਰਨ ਦਾ ਇੱਕ ਕੇਵਲ ਮਕਸਦ ਹੈ ਅੱਜ ਕੰਸਟਰਕਸ਼ਨ ਦੇ ਵਾਸਤੇ ਅੱਜ ਘਰ ਦੀ ਚਿਣਾਈ ਦੇ ਵਾਸਤੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ ਉਹ ਰਾਜਸਥਾਨ 'ਚੋਂ ਰੇਤਾ ਆ ਰਿਹਾ ਹੈ ਹਿਮਾਚਲ ਤੋਂ ਰੇਤਾ ਆ ਰਿਹਾ ਹੈ 60 ਰੁਪਏ ਜਿਹੜਾ ਰੇਤਾ ਕਾਂਗਰਸ ਦੇ ਰਾਜ ਦੇ ਵਿੱਚ ਇਹ ਚੀਕਾਂ ਮਾਰਦੇ ਸੀ ਇਹ ਕਹਿੰਦੇ ਸੀ ਕਿ ਬਹੁਤ ਰੇਤੇ ਦੀ ਮਹਿੰਗਾਈ ਹੈ ਲੱਕ ਤੋੜਤਾ ਅਸੀਂ ਮਾਫੀਆ ਨੂੰ ਹੁਣ ਮਾਫੀਆ ਕੌਣ ਚਲਾ ਰਿਹਾ ਚਲੋ ਮਹੀਨਾ ਟੱਪ ਗਿਆ 2 ਮਹੀਨੇ ਟੱਪ ਗਏ 3 ਪਾਲਿਸੀ ਬਣ ਗਈ ਪਾਲਿਸੀ ਅਪਹਿਲਡ ਕਰਤੀ ਹਾਈ ਕੋਰਟ ਨੇ ਇਸ ਦੇ ਬਾਵਜੂਦ ਹਜੇ ਤੱਕ ਕੋਈ ਵਿਉਂਤ ਨਹੀਂ ਬਣਾਈ ਗਈ 140 ਰੁਪਏ ਰੇਤਾ ਮਿਲ ਰਿਹਾ ਸੋ ਕੇਵਲ ਇਹ ਡਾਈਵਰਟ ਕਰਨਾ ਅੱਜ ਕੋਈ ਨਵਾਂ ਖੇੜਾ ਪਾਉਣਗੇ ਅੰਦਰ ਅਤੇ ਮਾਹੌਲ ਬਣਾਉਣਗੇ ਨਾਲੇ ਇੱਕ ਦਿਨ ਦੇ ਵਿਧਾਨ ਸਭਾ ਦੇ ਸੈਸ਼ਨ 'ਚ ਮੈਨੂੰ ਇਹ ਦੱਸ ਦਿਓ ਜਿੱਥੇ 117-118 ਬੰਦੇ ਚੁਣੇ ਹੋਣ ਕੀ ਉੱਥੇ 3 ਮੁੱਦਿਆਂ 'ਤੇ ਵਿਸਤਾਰਪੂਰਵਕ ਚਰਚਾ ਹੋ ਸਕਦੀ ਹੈ ਕੀ ਉੱਥੇ ਸਟਬਲ ਬਰਨਿੰਗ ਦਾ ਮੈਂ ਤਾਂ ਤੁਹਾਨੂੰ ਕਿਹਾ ਕਿ ਕੌਨਫੀਡੈਂਸ ਮੋਸ਼ਨ ਨੋ ਕੌਨਫੀਡੈਂਸ ਕੋਈ ਲੈ ਕੇ ਨਹੀਂ ਆਇਆ ਪਹਿਲੀ ਵਾਰੀ ਹੋ ਰਿਹਾ ਹੈ ਕਿ ਪੰਜਾਬ ਦੀ ਹਿਸਟਰੀ 'ਚ ਕਿ ਨੋ ਕੌਨਫੀਡੈਂਸ ਮੋਸ਼ਨ ਆਇਆ ਨਾ ਹੋਵੇ ਅਤੇ ਕੌਨਫੀਡੈਂਸ ਮੋਸ਼ਨ ਲੈ ਕੇ ਆਉਂਦਾ ਹੋਵੇ ਪਹਿਲੀ ਵਾਰੀ ਹੋਇਆ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਜੀ ਰਾਜਵਿੰਦਰ ਜੀ ਮੈਂ ਸਾਡੀ ਸਟ੍ਰੈਟਜੀ ਹੁਣ CLP ਲੀਡਰ ਨੇ ਮੀਟਿੰਗ ਬੁਲਾਈ ਹੈ ਤਮਾਮ ਲੋਕਾਂ ਨਾਲ ਰਾਏ ਕਰਕੇ ਅਸੀਂ ਆਪਦੀ ਅਗਲੀ ਜਿਹੜੀ ਰਣਨੀਤੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਸੋ ਦਿਸ ਹਜੇ ਕੋਈ ਪਰਟੀਕੂਲਰਲੀ ਡਿਸਾਈਡ ਨਹੀਂ ਹੋਇਆ ਇਹ CLP ਲੀਡਰ ਦਾ ਨੇ ਫੈਸਲਾ ਲੈਣਾ ਮੈਨੂੰ ਪਤਾ ਲੱਗਿਆ ਕਿ ਅਮਰਿੰਦਰ ਸਿੰਘ ਮੌਕ ਸੈਸ਼ਨ ਕਰ ਰਿਹਾ ਅਤੇ ਜਦੋਂ ਸੈਸ਼ਨ ਹੁੰਦਾ ਸੀ 5 ਸਾਲ ਉਦੋਂ ਤਾਂ ਸਰਦਾਰ ਅਮਰਿੰਦਰ ਸਿੰਘ ਕਦੇ ਇਸ ਸੈਸ਼ਨ 'ਚ ਆਇਆ ਨਹੀਂ ਹਾਜ਼ਰੀਆਂ ਕਢਾ ਕੇ ਵੇਖ ਲਓ 1/4 ਹਾਜ਼ਰੀਆਂ ਲੱਗੀਆਂ ਹੋਣੀਆਂ ਜਦੋਂ ਮੁੱਦਿਆਂ ਨੂੰ ਰਿਜ਼ੋਲਵ ਕਰਨਾ ਸੀ ਹੁਣ BJP ਵਾਲਿਆਂ ਨੇ ਫੜ ਲਿਆ ਉਹ ਬਾਬੇ ਨੂੰ ਫੁੱਲ ਦੇਈ ਜਾਂਦਾ ਕੱਲ੍ਹ ਅਸ਼ਵਨੀ ਕੁਮਾਰ ਭੋਗ ਪੈ ਗਿਆ ਮੁਕੰਮਲ ਤੌਰ 'ਤੇ ਕਹਿੰਦੇ ਜਾਖੜ ਸਾਹਿਬ ਨੇ ਕਿਹਾ ਕਿ ਕਾਂਗਰਸ ਦਾ ਭੋਗ ਪੈ ਗਿਆ ਮੈਂ ਕਿਹਾ ਇਹ ਜਿਹੜੇ ਜਿੰਨੇ ਵੱਡੇ ਲੋਕ ਨੇ ਪਿਤਾ ਪੁਰਖੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡਾ ਪਾਰਟੀਆਂ 'ਤੇ ਹੱਕ ਹੈ ਸਾਡਾ ਜਿਹੜਾ ਅਸੀਂ ਜੇ ਸਿਆਸੀ ਲੋਕ ਹੈ ਜਿਸ ਪਾਰਟੀ ਨਾਲ ਹੈ ਉਹ ਜਿਉਂਦੀ ਰਹਿੰਦੀ ਹੈ ਦੂਜੇ ਦਾ ਭੋਗ ਪੈ ਜਾਂਦਾ ਭੋਗ ਐਕਚੁਅਲੀ ਇਹਨਾਂ ਦਾ ਪੈ ਚੁੱਕਿਆ ਲੋਕ ਹੁਣ ਇਹਨਾਂ ਤੋਂ ਪਿਤਾ ਪੁਰਖੀਆਂ ਤੋਂ ਤੰਗ ਆ ਚੁੱਕੇ ਜਾਖੜ ਸਾਹਿਬ ਤਾਂ ਇਹ ਵੀ ਕਹਿੰਦੇ ਕਿ ਤੁਹਾਨੂੰ ਪ੍ਰਧਾਨ ਨਹੀਂ ਕੋਈ ਮੰਨਦਾ ਇਹ ਕਿਹਨੂੰ ਜਾਖੜ ਸਾਹਿਬ ਕਹਿੰਦੇ ਇਹ ਤਾਂ ਪੁਰਾਣੀ ਗੱਲ ਹੋ ਗਈ ਹੁਣ ਜਾਖੜ ਸਾਹਿਬ ਨੂੰ ਫਿਰ ਮੈਨੂੰ ਤਾਂ ਸਾਰੇ ਮੰਨਦੇ ਮੈਨੂੰ ਲੱਗਦਾ ਹਜੇ ਤੱਕ ਜਦੋਂ ਨਾ ਮੰਨਦੇ ਹੋਣਗੇ ਰਾਜਾ ਵੜਿੰਗ ਕਹਿ ਦੂਗਾ ਵੀ ਨਹੀਂ ਮੰਨਦਾ ਮੈਂ ਕਿਹੜਾ ਜਾਖੜ ਸਾਹਿਬਾਂ ਨੂੰ ਇੱਕ ਡੰਮੀ ਪ੍ਰਧਾਨ ਰਬੜ ਸਟੈਂਪ ਬਣ ਕੇ 5 ਸਾਲ ਬੈਠਾ ਰਹੇ ਮੈਂ ਤਾਂ ਆਪਦੇ ਫੈਸਲੇ ਲੈਣਾ 5 ਸਾਲ ਜਾਖੜ ਸਾਹਿਬ ਪ੍ਰਧਾਨ ਰਹੇ ਪੰਜਾਬ ਦੇ ਇੱਕ ਪ੍ਰਾਪਤੀ ਨਹੀਂ ਮੈਨੂੰ ਲੱਗਦਾ ਕਿ ਅਗਰ ਉਹਦੇ 'ਚ ਨੰਬਰ ਦੇਣੇ ਹੋਣ ਅੰਕੜੇ ਦੇਣੇ ਹੋਣ ਤਾਂ ਅਮਰਿੰਦਰ ਸਿੰਘ ਨਾਲੋਂ ਵੀ ਘੱਟ ਨੰਬਰ ਮੈਂ ਦਿਆਂ ਸੋ ਇਹ ਸੀ ਰਾਜਾ ਵੜਿੰਗ ਜਿਨ੍ਹਾਂ ਦਾ ਕਹਿਣਾ ਆ ਕਿ ਦੀ ਮੀਟਿੰਗ ਦੇ ਵਿੱਚ ਮੈਂ ਆਪਣੀ ਪਾਰਟੀ ਵੱਲੋਂ ਬਹੁਤ ਸਟਰੋਂਗ ਰੈਜ਼ਰਵੇਸ਼ਨ ਰੱਖੀ ਬੀਇੰਗ ਦੀ ਮੇਨ ਲੀਡਰ ਆਫ ਦੀ ਓਪੋਜੀਸ਼ਨ ਐਂਡ ਬੀਇੰਗ ਦੀ ਮੇਨ ਓਪੋਜੀਸ਼ਨ ਮੈਂ ਸਪੀਕਰ ਸਾਹਿਬ ਨੂੰ ਕਿਹਾ ਸੀ ਕਿ ਸਪੀਕਰ ਸਾਹਿਬ ਆ 3-4 ਘੰਟਿਆਂ ਦਾ ਜਿਹੜਾ ਫਰੋਡ ਕਰਨ ਲੱਗੇ ਤੁਹਾਡੀ ਸਰਕਾਰ
लोगों ना फ्रॉड कर लगी है, पंजाब का पैसा डाउन दी ट्रेन जैसा कहते खूह सुटन लगी, वह कोई लाभ तो हो? मैनू दसो 17 मुद्दे मैं उन्होंने सामने लैके आते जेडे किसानों तो लैके बरगाड़ी बहबल कलां तो लैके एस वाई एल तो लैके किसानों का जो फसलों का नुकसान होया, बहुत सारे होर इशू लॉ एंड ऑर्डर सारे वजह जिस किस्म की गुंडागर्दी इस टाइम चल रही पंजाब, तो वो फाइनली अग्री कर रहे हैं। मैं उन्होंने थैंकफुल हाँ कि उन्होंने इस गलू मान लिया कि बादल साहब थोड़े कहने असी 29 30 तरीक न 3 तरीक ये 3 दिन एक्सट्रा दिते जाएंगे जिद से उन्होंने कहा कि जी ध्यान रोकू मते है ने, तो मैं 2 मते लैके आते लॉ एंड ऑर्डर से किसानों के नुकसान से जोड़ा हूँ बरसातों जोड़ा थंडर स्टॉम्स ना हो जो एग्री कर गए हैं कि खुल के तुम अपनी चर्चा करो। ये भी मैं उन्होंने गल कही कि आ जो हूँ तुम सानू क्लीयर करो कि यदि सिचुएशन की आ जरा पिछे कर लगे से वोट लेना कॉन्फिडेंस का वोट लेना चाहते हो जी कोई कानून के इजाजत ही है नहीं अजी वो बारे उन्होंने अपना स्टैंड क्लीयर नहीं किया। बट मैनू ये लगता सरकार इस बेईमानी तो तुली इस सैशन का बेसिक पर्पज पंजाब के इंट्रस्ट को प्रोटेक्ट करना नहीं, पंजाब के लोगों दुख तकलीफा सुनना नहीं, बेसिकली गुजरात के हिमाचल के वोटर अपनी गल पंजाब असैम्बली के जरिए तोड़नी है। चलो देखो वो अंदर हमारी ऑलरेडी ये बात तो मैं अब अपने साथियों से जाकर हाउस में करूंगा क्योंकि अभी खत्म हुई है, 10-15 मिनट हमारे पास है। हाउ डू वी टेक ऑन दिस बिकॉज व्हाट आई फील इज इसका कोई हमारे कैदे कानून जो है पंजाब असेंबली के उसमें कॉन्फिडेंस वोट लेने के या कोई कानून नहीं। अगर गैर कानूनी बात करेंगे हम अपोज करेंगे, मगर इसमें बहुत सारे और सवाल इनको करने वाले वो हम करेंगे इसमें, तो वी विल टेक अ डेफिनेट स्टैंड वंस आई हैव डिस्कस्ड विद माय। दरअसल पंजाब विधानसभा के विशेष इजलास नु लेके पिछले दिनों दौरान सूबे के राजपाल ते सरकार दरमियान खिचोतान भी चलती रही है। राजपाल बनवारी लाल पुरोहित ने 22 सितंबर नूं होण वाला इजलास एक दिन पहला ही 21 सितंबर नूं रद्द कर दिता सी। उस तों बाद सरकार ने 27 सितंबर नूं मुड़ इजलास सदन दा फैसला कीता गया सी। चंडीगढ़ तों बिंदू सिंह दी रिपोर्ट, D5 चैनल पंजाबी। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी। हुणे सब्सक्राइब करो, बेल आइकन ते क्लिक करो।